ਤੁਸੀਂ ਸੁਣਿਆ ਤਾਂ ਹੋਏਗਾ ਕਿ ਕੈਨੇਡਾ ਦੇ ਵਿੱਚ ਲਾਈਫ ਬਹੁਤ ਬਿਜ਼ੀ ਆ, ਬਹੁਤ ਸਟਰਗਲ ਕਰਨਾ ਪੈਂਦਾ, ਤੇ ਗੱਲ ਸੱਚੀ ਵੀ ਆ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣਾ ਡੇਲੀ ਰੂਟੀਨ ਦੱਸੂਗਾ ਕਿ ਮੈਂ ਕਿੰਨਾ ਕੁ ਬਿਜ਼ੀ ਰਹਿਣਾ, ਕਿੱਦਾਂ ਕਿੱਦਾਂ ਮੇਰਾ ਸਾਰਾ ਦਿਨ ਜਾਂਦਾ, ਤੇ ਤੁਸੀਂ ਉਹਦੇ ਤੋਂ ਅੰਦਾਜ਼ਾ ਲਾ ਲਓਗੇ ਕਿ ਮੇਰੇ ਵਰਗੇ ਆਮ ਬੰਦੇ ਦੀ ਜਿਹੜੀ ਲਾਈਫ ਆ ਉਹ ਕੈਨੇਡਾ ਦੇ ਵਿੱਚ ਕਿੱਦਾਂ ਲੰਘ ਰਹੀ ਆ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਤੇ ਤੁਸੀਂ ਜੁੜ ਚੁੱਕੇ ਹੋ ਕੈਨੇਡੀਅਨ ਪੰਜਾਬੀ ਦੇ ਨਾਲ। ਸਾਢੇ ਸੱਤ ਹੋ ਗਏ ਆ ਜੀ, ਤੇ 8 ਵਜੇ ਆਪਣੀ ਸ਼ਿਫਟ ਸਟਾਰਟ ਹੋਣੀ ਆ। ਹੁਣ ਮੈਂ ਕਿਚਨ 'ਚ ਚੱਲਿਆ, ਕਿਚਨ 'ਚ ਜਾ ਕੇ ਬ੍ਰੇਕਫਾਸਟ ਕਰਨਾ ਆ, ਉੱਥੇ ਦੇਖਦੇ ਹਾਂ ਕਿ ਕੀ ਹੈਗਾ। ਵੈਸੇ ਤਾਂ ਬ੍ਰੇਕਫਾਸਟ ਦੇ ਵਿੱਚ ਨੋਰਮਲੀ ਆਪਣਾ ਚੱਲਦਾ ਆ, ਕੋਈ ਜ਼ਿਆਦਾ ਇੰਡੀਅਨ ਬ੍ਰੇਕਫਾਸਟ ਨਹੀਂ ਹੁੰਦਾ, ਇੰਗਲਿਸ਼ ਬ੍ਰੇਕਫਾਸਟ ਹੀ ਜ਼ਿਆਦਾਤਰ ਹੁੰਦਾ ਹੈ। ਅਤੇ ਮੈਂ ਕਿਚਨ ਦੇ ਵਿੱਚ ਆ ਗਿਆ, ਕਿਚਨ ਆਪਣੀ ਛੋਟੀ ਜਿਹੀ ਕਿਚਨ ਹੈ, ਘਰ ਤੁਸੀਂ ਨਾਲ ਦੀ ਨਾਲ ਦੇਖ ਹੀ ਰਹੇ ਹੋ। ਇੰਡੀਆ 'ਚ ਤਾਂ ਹੁੰਦਾ ਸੀ ਪਰੌਂਠੇ ਖਾ ਲਏ, ਅਚਾਰ ਨਾਲ, ਦਹੀਂ ਨਾਲ, ਜਾਂ ਪਲੇਨ ਪਰੌਂਠੇ, ਗੋਭੀ ਵਾਲੇ, ਜਾਂ ਕੋਈ ਵੀ। ਇੱਥੇ ਤਾਂ ਸਿਰਫ ਆਪਣੇ ਕੋਲ ਦੁੱਧ ਹੈਗਾ, ਬਨਾਨਾ ਹੈਗੇ ਆ, ਓਟਸ ਹੈਗੇ ਆ, ਸੈਂਡਵਿਚ ਹੈਗਾ ਹੈ। ਪਤਾ ਨਹੀਂ ਹੁਣ, ਮੈਂ ਤਾਂ ਸੋਚਦਾ ਵੀ ਲੇਟ ਹੋ ਰਿਹਾ ਕਿਉਂਕਿ ਵਲੌਗ ਵੀ ਸ਼ੂਟ ਕਰਨਾ, ਇਸ ਕਰਕੇ ਆਪਾਂ ਬਨਾਨਾ ਅਤੇ ਦੁੱਧ ਪੀ ਕੇ ਸਾਰ ਲੈਂਦੇ ਹਾਂ। ਆਹੀ ਟਾਈਮ ਆ ਜੋ ਘਰਦਿਆਂ ਨੂੰ ਬਹੁਤ ਯਾਦ ਕਰਦਾ ਮੈਂ, ਕਿਉਂਕਿ ਸਵੇਰੇ ਸਵੇਰੇ ਰੋਟੀ ਨਹੀਂ ਮਿਲਦੀ ਅਤੇ ਨਹੀਂ ਉਗਾਲ ਜੀ ਨਹੀਂ ਪਾਉਂਦੀ। ਰੋਟੀਆਂ ਆਪਾਂ ਰਾਤ ਹੀ ਲਾ ਲਈਆਂ ਸੀ ਨਾਲ, ਉਹੀ ਲੈ ਜਾਣੀਆਂ ਕਿਉਂਕਿ ਸਵੇਰੇ ਤਾਂ ਹੁਣ ਟਾਈਮ ਨਹੀਂ ਹੈਗਾ ਇੰਨਾ ਜ਼ਿਆਦਾ। ਕਿਸੇ ਕੋਲ ਵੀ ਨਹੀਂ ਹੁੰਦਾ ਯਾਰ, ਮੈਂ ਇਕੱਲਾ ਨਹੀਂ ਹਾਂ ਕਿ ਮੈਂ ਰਾਤ ਦੀ ਰੋਟੀ ਖਾਂਦਾ। ਇਹ ਨਹੀਂ ਕਿ ਤੁਸੀਂ ਸੋਚੋ ਮੇਰੇ ਘਰ ਦੇ ਸੋਚਣ ਕਿ ਬਾਈ ਰਾਤ ਦੀ ਰੋਟੀ ਲੈ ਕੇ ਚੱਲਿਆ ਜਾਂ ਕੁਝ, ਸਾਡਾ ਪੁੱਤਰ, ਕੋਈ ਚੱਕਰ ਨਹੀਂ ਹੈ, ਰਾਤ ਦੀ ਰੋਟੀ ਕੋਈ ਚੱਕਰ ਨਹੀਂ, ਮਾਈਕ੍ਰੋਵੇਵ ਹੁੰਦੇ ਆ, ਆਪਾਂ ਗਰਮ ਕਰਕੇ ਅਤੇ ਖਾ ਲੈਣੀ ਆ। ਉੱਥੇ ਸਬਜ਼ੀ ਰਾਤ ਨੂੰ ਬਣਾਈ ਸੀ, ਉਹ ਮੈਂ ਤੁਹਾਨੂੰ ਦਿਖਾ ਦਿੰਦਾ, ਦੇਖ ਜੂਗੀ। ਆਲੂ ਗੋਭੀ ਦੀ ਸਬਜ਼ੀ ਬਣਾਈ ਸੀ ਰਾਤ ਨੂੰ, ਇਹ ਆਪਾਂ ਹੁਣ ਪੈਕ ਕਰ ਲਈ ਆ ਨਾਲ। ਆਹ ਹੈਗਾ ਜੀ ਆਪਣਾ ਨਾਨਕ ਦੇਸੀ ਘੀ, ਸਭ ਤੋਂ ਵਧੀਆ ਇੱਥੋਂ ਦਾ ਘਿਓ ਆ, ਦੇਸੀ ਘਿਓ, ਬਹੁਤ ਵਧੀਆ, ਦਾਣੇਦਾਰ, ਦੇਖ ਲਓ, ਐਂ ਲੱਗਦਾ ਕਿ ਇੰਡੀਆ ਵਾਲਾ ਹੀ ਆ। ਨਾਲ ਆਪਣੇ ਕੋਲ ਹੈਗਾ ਇੱਥੇ ਅਚਾਰ ਵੀ ਹੈਗਾ, ਗ੍ਰੀਨ ਚਿੱਲੀ ਪਿੱਕਲ, ਇਹਦੇ ਵਿੱਚ ਵੈਸੇ ਮਿਕਸ ਕਰਕੇ ਅਸੀਂ ਪਾਇਆ ਹੋਇਆ ਦੂਜਾ ਵੀ, ਬਾਹਰ ਠੰਡ ਵੀ ਬਹੁਤ ਆ, ਵੈਸੇ -1 ਡਿਗਰੀ ਹੋਇਆ ਪਿਆ ਅੱਜ, ਇਸ ਕਰਕੇ ਜੈਕਟ ਵਗੈਰਾ ਵੀ ਪਾਉਣੀ ਪੈਣੀ ਇੱਥੇ। ਵੈਸੇ ਇੱਥੇ ਨਾਲ ਹੀ ਆਪਣੇ ਜੈਕਟ ਦਾ ਲੱਗਾ ਹੋਇਆ, ਅਤੇ ਆਹ ਆਪਣਾ ਸ਼ੂਜ਼ ਰੈਕ ਹੈਗਾ ਜਿੱਥੇ ਕਿ ਸਾਰੇ ਸ਼ੂਜ਼ ਪਏ ਹੁੰਦੇ ਆ, ਘਰ ਦੇ ਆਪਾਂ ਬਾਹਰ ਹੀ ਸਾਰੇ ਸ਼ੂਜ਼ ਵਗੈਰਾ ਰੱਖਣੇ ਆ, ਕੋਈ ਅੰਦਰ ਨਹੀਂ ਲੈ ਕੇ ਜਾਂਦੇ ਕਿਉਂਕਿ ਉਵੇਂ ਯਾਰ ਅੰਦਰ ਨਾ ਗੰਦ ਬਹੁਤ ਵੱਜ ਜਾਂਦਾ, ਇਸ ਕਰਕੇ ਘਰ ਦੇ ਬਾਹਰ ਹੀ ਆਪਾਂ ਸਾਰੇ ਰੱਖ ਦਿੰਦੇ ਹਾਂ। ਹੁਣ ਮੈਂ ਘਰੋਂ ਨਿਕਲਣ ਲੱਗਿਆ, ਉਹ ਰੋਟੀ ਵਾਲਾ ਡੱਬਾ ਤਾਂ ਰਹਿ ਗਿਆ ਸੀ, ਰੋਟੀ ਵਾਲਾ ਡੱਬਾ ਚੱਕ ਲਿਆ ਆਪਾਂ। ਓਕੇ, ਘਰੋਂ ਨਿਕਲਦੇ ਹਾਂ, ਬਾਹਰ ਆਇਆ ਅਤੇ ਥੋੜ੍ਹਾ ਥੋੜ੍ਹਾ ਮੀਂਹ ਪੈ ਰਿਹਾ, ਅਤੇ ਵੈਸੇ ਠੰਡ ਬਹੁਤ ਲੱਗ ਰਹੀ ਹੈ। ਹੁਣ ਗੱਡੀ ਵੱਲ ਮੈਂ ਚੱਲਿਆ, ਅਤੇ ਗੱਡੀ ਵੈਸੇ ਮੈਂ ਅੰਦਰੋਂ ਹੀ ਸਟਾਰਟ ਕਰਤੀ ਸੀ, ਹੀਟ ਹੋ ਗਈ ਹੋਏਗੀ, ਤੁਹਾਨੂੰ ਵੀ ਦਿਖਾ ਦੇਣਾ ਕਿ ਕਿੱਦਾਂ ਗੱਡੀ ਸਟਾਰਟ ਹੁੰਦੀ ਆ। ਆਹ ਗੱਡੀ ਦੀ ਚਾਬੀ ਆ, ਆਪਣੇ ਕੋਲ ਰਿਮੋਟ ਕੰਟਰੋਲ ਆ ਆਪਣੀ ਕਾਰ, ਹੁਣ ਮੈਂ ਤੁਹਾਨੂੰ ਦਿਖਾਉਣਾ। ਦੇਖੋ ਜਿੱਦਾਂ ਉਹ ਆਪਣੀ ਕਾਰ ਖੜ੍ਹੀ ਆ, ਆਪਣੀ ਚਾਬੀ ਆ, ਤੁਸੀਂ ਪਹਿਲਾਂ ਇਹਨੂੰ ਅਨਲੋਕ ਕਰਨਾ ਆ, ਦੋ ਵਾਰੀ ਆਪਾਂ ਅਨਲੋਕ ਦਾ ਬਟਨ ਲੱਪਣਾ, ਫਿਰ ਆ ਸੈਂਟਰ ਵਾਲਾ ਬਟਨ ਲੱਪਾਂਗੇ ਜਦੋਂ, ਤਾਂ ਗੱਡੀ ਸਟਾਰਟ ਹੋ ਗਈ ਆ। ਓਕੇ, ਆਪਾਂ ਰੱਖ ਦਈਏ ਬੈਕ ਸੀਟ 'ਤੇ। ਵੈਸੇ ਜਿਹੜੀਆਂ ਇੱਥੇ ਆਲਮੋਸਟ ਸਾਰੀਆਂ ਗੱਡੀਆਂ ਅੰਦਰੋਂ ਹੀ ਆਟੋ ਸਟਾਰਟ ਹੋ ਜਾਂਦੀਆਂ, ਜਦੋਂ ਤੁਸੀਂ ਗੱਡੀ ਦੇ ਵਿੱਚ ਆਓਗੇ ਤਾਂ ਗੱਡੀ ਦੀਆਂ ਜਿਹੜੀਆਂ ਸੀਟਸ ਨੇ ਉਹ ਪਹਿਲਾਂ ਹੀ ਹੀਟਿਡ ਹੋਣਗੀਆਂ, ਗੱਡੀ ਦੀਆਂ ਜਿਹੜਾ ਇੰਜਨ ਹੈ ਉਹ ਆਪਾਂ ਨੂੰ, ਜਿਵੇਂ ਆਪਾਂ ਇੰਡੀਆ ਦੇ ਵਿੱਚ ਗੱਡੀ ਪਹਿਲਾਂ ਸਟਾਰਟ ਕਰਦੇ ਸੀ, ਉਹ ਆਪਾਂ ਨੂੰ ਗੱਡੀ ਦੇ ਵਿੱਚ ਬੈਠ ਕੇ ਸਟਾਰਟ ਕਰਨ ਦੀ ਲੋੜ ਨਹੀਂ ਹੈ, ਬਸ ਤੁਸੀਂ ਗੱਡੀ ਦੇ ਵਿੱਚ ਆਉਣਾ ਆ, ਗੱਡੀ ਸਟਾਰਟ ਕਰਨੀ ਆ ਅਤੇ ਨਿਕਲ ਜਾਣਾ ਆ। ਇਸ ਦੇ ਉੱਪਰ ਮੈਂ ਇੱਕ ਪੂਰੀ ਵੀਡੀਓ ਬਣਾਊਂਗਾ ਕਿ ਕਿਹੜੀਆਂ ਕਿਹੜੀਆਂ ਗੱਡੀਆਂ ਹੈਗੀਆਂ ਇੱਥੇ ਕੈਨੇਡਾ ਵਿੱਚ, ਲਾਈਕ ਬੇਸਿਕ, ਉਸ ਤੋਂ ਉੱਪਰ ਦਾ ਲੈਵਲ, ਫਿਰ 2-ਡੋਰ ਆ ਜਾਂਦੀਆਂ, ਫਿਰ ਹਾਈ ਐਂਡ ਗੱਡੀਆਂ ਆ ਜਾਂਦੀਆਂ, ਉਹ ਸਾਰੀਆਂ ਗੱਡੀਆਂ ਆਪਾਂ ਇੱਕ ਵੀਡੀਓ ਦੇ ਵਿੱਚ ਲੈ ਕੇ, ਅਤੇ ਉਹਨਾਂ ਦੇ ਜਿਹੜੇ ਜਿਹੜੇ ਓਨਰ ਹੋਣਗੇ, ਲਾਈਕ ਆਪਣੇ ਯਾਰ ਦੋਸਤ ਹੀ ਆ ਤਕਰੀਬਨ ਸਾਰੇ, ਉਹਨਾਂ ਤੋਂ ਪੂਰੀ ਗੱਲਬਾਤ ਕਰਾਂਗੇ ਕਿ ਕਿਹੜੀ ਗੱਡੀ ਕੈਨੇਡਾ ਦੇ ਵਿੱਚ ਲੈਣੀ ਚਾਹੀਦੀ ਹੈ, ਕਿਹੜੀ ਨਹੀਂ ਲੈਣੀ ਚਾਹੀਦੀ। ਅਤੇ ਹੁਣ 7:55 ਹੋ ਗਿਆ, 8 ਵਜੇ ਆਪਣੀ ਸ਼ਿਫਟ ਸਟਾਰਟ ਆ, ਅਤੇ ਜਿਹੜਾ ਮੇਰਾ ਕੰਮ ਆ ਉਹ ਮੇਰੇ ਘਰ ਤੋਂ ਸਿਰਫ 10 ਮਿੰਟ ਦੇ ਦੂਰੀ 'ਤੇ ਆ, ਜੇ ਮੈਂ ਕਾਰ 'ਤੇ ਜਾਵਾਂ, ਅਤੇ ਜੇ ਮੈਂ ਬਾਏ ਟ੍ਰਾਂਜ਼ਿਟ ਜਾਵਾਂ, ਬਾਏ ਬੱਸ, ਤਾਂ ਮੈਨੂੰ ਆਰਾਮ ਨਾਲ ਕੋਈ 40-50 ਮਿੰਟ ਲੱਗ ਜਾਣਗੇ, ਕਿਉਂ ਪਹਿਲਾਂ ਇੱਕ ਬੱਸ ਲੈਣੀ ਆ ਫਿਰ ਦੂਸਰੀ ਲੈਣੀ ਆ ਮੈਨੂੰ, ਲਾਈਕ ਉਹਨਾਂ ਦੇ ਵਿੱਚ ਡਿਫਰੈਂਸ ਹੁੰਦਾ ਟਾਈਮ ਡਿਫਰੈਂਸ, ਅਤੇ ਮੈਨੂੰ ਜ਼ਿਆਦਾ ਟਾਈਮ ਲੱਗ ਜੂ। ਹਾਂਜੀ, ਕੰਪਨੀ ਦੇ ਬਾਹਰ ਮੈਂ ਆ ਗਿਆ, ਅਤੇ ਉਸ ਦਿਨ ਵੀਡੀਓ ਆਪਣੇ ਕੋਲ ਕਵਰ ਨਹੀਂ ਸੀ ਹੋਈ, ਇਸ ਕਰਕੇ ਮੈਂ ਸੋਚਿਆ ਕਿ ਨੈਕਸਟ ਡੇ ਵੀਡੀਓ ਬਣਾ ਲਾਂਗੇ। ਅਤੇ ਆਹ ਆਪਣੇ ਕੋਲ ਹੁੰਦਾ ਆ ਐਕਸੈਸ ਕਾਰਡ, ਜਿਹੜਾ ਕਿ ਹਰ ਇੱਕ ਬੰਦੇ ਨੂੰ ਮਿਲਦਾ ਕੰਪਨੀ 'ਚ ਜਿਹੜਾ ਵੀ ਕੰਮ ਕਰਦਾ, ਇਹਦੇ ਤੋਂ ਬਿਨਾਂ ਤੁਸੀਂ ਕੰਪਨੀ ਦੇ ਅੰਦਰ ਨਹੀਂ ਜਾ ਸਕਦੇ। ਇਹਨੂੰ ਆਪਾਂ ਟੈਪ ਕਰਨਾ, ਇੱਥੇ ਟੈਪ ਕਰਕੇ, ਥੱਲੇ ਡਿੱਗ ਪਿਆ,
ਟੈਪ ਕਰਕੇ ਜਦੋਂ ਡੋਰ ਖੋਲਾਂਗੇ ਫਿਰ ਬੀਪ ਕਰਕੇ ਗ੍ਰੀਨ ਹੋ ਜਾਂਦੀ ਹੈ ਲਾਈਟ। ਕੰਪਨੀ 'ਚ ਹਜੇ ਕੋਈ ਨਹੀਂ ਆਇਆ। ਆ ਪਹਿਲਾਂ ਆਫਿਸ ਆਉਂਦਾ ਕੰਪਨੀ ਦਾ, ਦੇਖ ਲਓ ਤੁਸੀਂ। ਉਸ ਤੋਂ ਬਾਅਦ ਅੱਗੇ ਜਾ ਕੇ ਜਿੱਥੇ ਮੈਂ ਕੰਮ ਕਰਦਾ ਲੈਬ ਆਉਂਦੀ ਆ। ਇਹ ਕਾਹ ਲੈਬ ਆ ਜਿੱਥੇ ਮੈਂ ਕੰਮ ਕਰਨਾ ਹੁੰਦਾ ਆ। ਇਹਦੇ ਵਿੱਚ ਇੱਥੇ ਆਪਰੇਟਰਸ ਵਗੈਰਾ ਆਪਣੇ ਰੱਖੇ ਹੋਏ ਆ। ਇਹ ਕਾਹ ਮਸ਼ੀਨ ਹੁੰਦੀ ਆ, ਇਹਦੇ 'ਤੇ ਮੇਰਾ ਕੰਮ ਹੁੰਦਾ। ਇਹ ਓਵਨ ਹੈਗਾ ਆ, ਅਤੇ ਬਾਕੀ ਜਿਹੜੀ ਵੱਡੀ ਲੈਬ ਉਹ ਇੱਧਰ ਆ। ਇੱਕ ਆ ਆਪਣੇ ਨਾਲ ਦੇ ਬਾਈ ਦਾ ਡੈਸਕ ਆ, ਅਤੇ ਇੱਧਰ ਮੇਰਾ ਡੈਸਕ ਆ ਇੱਕ, ਜਿੱਥੇ ਕਿ ਰਿਪੋਰਟ ਵਗੈਰਾ ਸਬਮਿਟ ਸਾਰੀਆਂ ਕਰਨੀਆਂ। ਜਿੱਦਾਂ ਜਿਹੜੇ ਅਸੀਂ ਟੈਸਟ ਕਰਨੇ ਆ ਉਹ ਸਾਰੇ ਇਸ ਕੰਪਿਊਟਰ ਤੋਂ, ਜਿਹੜੀਆਂ ਰਿਪੋਰਟ ਆ ਉਹ ਸਾਰੀਆਂ ਸਬਮਿਟ ਕਰਨੀਆਂ ਹੁੰਦੀਆਂ। ਜਿਵੇਂ ਕਿ ਆਹ ਰਿਪੋਰਟ ਪਈਆਂ ਹੋਈਆਂ ਜਿਹੜੀਆਂ ਕੱਲ੍ਹ ਕਰਕੇ ਗਏ ਹਾਂ, ਆਹ ਸਾਰੀਆਂ ਰਿਪੋਰਟ ਕੱਲ੍ਹ ਦੀਆਂ ਨੇ। ਆਹ ਕਿੰਨੀਆਂ ਜ਼ਿਆਦੀਆਂ ਰਿਪੋਰਟ ਦੇਖੋ, ਇਹ ਸਬਮਿਟ ਕੀਤੀਆਂ ਹੋਈਆਂ ਸਾਰੀਆਂ। ਜਿੱਥੇ ਮੈਂ ਕੰਮ ਕਰਦਾ ਕੰਪਨੀ ਰੋਡ ਕੰਸਟਰਕਸ਼ਨ ਦੀ ਆ, ਲਾਈਕ ਰੋਡ ਕੰਸਟਰਕਸ਼ਨ ਦੀ ਸਿਰਫ ਅਸੀਂ ਟੈਸਟਿੰਗ ਕਰਨੇ ਆ ਇੱਥੇ। ਲਾਈਕ ਰੋਡ ਪਾਉਂਦੇ ਨਹੀਂ ਆ, ਸਿਰਫ ਟੈਸਟਿੰਗ ਹੁੰਦੀ ਆ, ਜਿਹਦੇ ਵਿੱਚ ਸੋਇਲ ਦੀ ਟੈਸਟਿੰਗ, ਕੰਕਰੀਟ ਦੀ ਟੈਸਟਿੰਗ, ਐਸਫਾਲਟ ਦੀ ਟੈਸਟਿੰਗ, ਅਤੇ ਮੇਰਾ ਜਿਹੜਾ ਡਿਪਾਰਟਮੈਂਟ ਉਹ ਸੋਇਲ ਦਾ, ਮੈਂ ਜ਼ਿਆਦਾ ਸੋਇਲ ਦਾ ਕੰਮ ਸਾਂਭਣਾ ਹੁੰਦਾ, ਜਿਹਦੇ ਵਿੱਚ ਸਾਰੇ ਟੈਸਟ ਹੁੰਦੇ ਆ। ਮੈਂ ਤੁਹਾਨੂੰ ਦੱਸ ਚੁੱਕਿਆ 18 ਤੋਂ 19 ਟੈਸਟ ਹੁੰਦੇ ਆ, ਪਰ ਡਿਪੈਂਡ ਕਰਦਾ ਕਿ ਸੈਂਪਲ ਟੂ ਸੈਂਪਲ ਕੀ ਕਿਹੜੀ ਰਿਕੁਆਇਰਮੈਂਟ ਹੈਗੀ ਆ। ਫਿਰ ਉਸ ਤੋਂ ਬਾਅਦ ਅਸੀਂ ਟੈਸਟ ਕਰਕੇ ਅੱਗੇ ਭੇਜਦੇ ਹਾਂ, ਜਿਹੜੇ ਸਾਡੇ ਬੌਸ ਨੇ ਉਹ ਫਿਰ ਰੋਡ ਦਾ ਡਿਜ਼ਾਈਨ ਤਿਆਰ ਕਰਦੇ ਆ। ਇਹ ਸਾਰਾ ਕੁਝ ਚੱਲਦਾ ਔਰ ਕਾਫੀ ਲੰਬਾ ਪ੍ਰੋਸੈਸ ਹੁੰਦਾ। ਹੁਣ ਮੈਂ ਸਾਰਾ ਤੁਹਾਨੂੰ ਇਨ ਡਿਟੇਲ ਤਾਂ ਇਸ ਵੀਡੀਓ ਦੇ ਵਿੱਚ ਦੱਸ ਨਹੀਂ ਸਕਦਾ। ਇੱਥੇ ਵੈਸੇ ਅਸੀਂ ਕਦੀ ਕਦੀ IPL ਵੀ ਦੇਖਦੇ ਹਾਂ, ਇੱਕ ਕੰਪਿਊਟਰ ਉੱਥੇ ਆ, ਜ਼ਿਆਦਾਤਰ IPL ਉੱਧਰ ਚੱਲਦਾ ਹੁੰਦਾ, ਪਰ ਇੱਥੇ ਵੀ ਮੈਂ ਦੇਖ ਲੈਂਦਾ ਜਦੋਂ ਮੈਂ ਫ੍ਰੀ ਹੁੰਦਾ। ਓਕੇ, ਹੋਰ ਬਾਕੀ ਮਸ਼ੀਨਾਂ ਤੁਹਾਨੂੰ ਦਿਖਾਉਣਾ। ਆਹ ਇੱਕ ਮਸ਼ੀਨ ਆ ਛੋਟੀ ਜੀ, ਕਾਹ ਮਸ਼ੀਨ ਹੁੰਦੀ ਆ। ਲਾਈਕ ਟੋਟਲ ਸਾਡੇ ਕੋਲ 18 ਤੋਂ 19 ਟੈਸਟ ਹੁੰਦੇ ਆ ਜਿਹੜੇ ਕਰਨਾ ਮੈਂ, ਜਿਹਦੇ ਵਿੱਚ ਡਿਪੈਂਡ ਕਰਦਾ ਕਿ ਮੇਰੇ ਕੋਲ ਮੇਰੇ ਹਿੱਸੇ ਕਿਹੜਾ ਆਇਆ ਕਿਸ ਦਿਨ, ਅਤੇ ਬਾਕੀ ਮੇਰੇ ਨਾਲ 8-10 ਜਣੇ ਹੋਰ ਕੰਮ ਕਰਦੇ। ਇੱਕ ਮਸ਼ੀਨ ਆ ਆ, ਬਾਕੀ ਜਿਹੜੇ ਆ ਰੂਮ ਬਣੇ ਹੋਏ ਆ, ਇਹਨਾਂ ਦੇ ਅੰਦਰ ਨੇ ਮਸ਼ੀਨਾਂ 2-2। ਕੰਮ ਵਧੀਆ, ਕੰਮ ਕੋਈ ਜ਼ਿਆਦਾ ਔਖਾ ਨਹੀਂ ਆ। ਲਾਈਕ ਕਿਸੇ ਦਿਨ ਸਾਰਾ ਦਿਨ ਫ੍ਰੀ ਵੀ ਹੋਈਦਾ, ਕਿਸੇ ਦਿਨ ਸਾਰਾ ਦਿਨ ਕੰਮ ਹੀ ਹੁੰਦਾ। ਜਿੱਦਾਂ ਕਿ ਪਿਛਲੇ ਜਿਸ ਦਿਨ ਵੀਡੀਓ ਬਣਾਉਣੀ ਸੀ ਉਸ ਦਿਨ ਮੈਂ ਸਾਰਾ ਦਿਨ ਫ੍ਰੀ ਸੀ, ਉਸ ਦਿਨ ਮੈਨੂੰ ਸਾਰਾ ਦਿਨ ਕੰਮ ਸੀ, ਅਤੇ ਅੱਜ ਮੈਂ ਸਾਰਾ ਦਿਨ ਫ੍ਰੀ ਆ। ਸੈਟਰਡੇ ਜ਼ਿਆਦਾਤਰ ਫ੍ਰੀ ਹੀ ਹੋਈਦਾ ਆ, ਵੈਸੇ ਓਵਰ ਟਾਈਮ ਹੁੰਦਾ ਸੈਟਰਡੇ, ਸਾਨੂੰ ਜਿਹੜੀ ਓਵਰ ਟਾਈਮ ਦੀ ਪੇ ਆ 1x2.5 ਮਿਲਦੀ ਆ, ਲਾਈਕ 1.5 ਗੁਣਾ ਪੇ ਹੁੰਦੀ ਆ। ਅਤੇ ਵੈਸੇ ਨੋਰਮਲ ਮੇਰੀ ਜਿਹੜੀ ਸ਼ਿਫਟ ਹੁੰਦੀ ਆ ਉਹ 8 ਘੰਟੇ ਦੀ ਹੁੰਦੀ ਆ, ਲੇਕਿਨ ਓਵਰ ਟਾਈਮ ਪਾ ਕੇ ਕਈ ਵਾਰੀ 10 ਘੰਟੇ ਵੀ ਬਣ ਜਾਂਦੇ, ਕਈ ਵਾਰੀ 11 ਵੀ ਬਣ ਜਾਂਦੇ ਆ। 8 ਤੋਂ ਘੱਟ ਨਹੀਂ ਮਿਲਦੇ, ਲਾਈਕ 5 ਦਿਨ ਮੇਰਾ ਕੰਮ ਹੁੰਦਾ, ਪਰ ਜਿਸ ਦਿਨ ਇਹਨਾਂ ਨੂੰ ਜ਼ਿਆਦਾ ਕੰਮ ਹੋਵੇ ਉਸ ਦਿਨ ਸੈਟਰਡੇ ਬੁਲਾ ਲੈਂਦੇ ਆ। ਇੱਦਾਂ ਹੀ ਬਸ ਚੱਲੀ ਜਾਂਦਾ। ਬਾਕੀ ਵਿੰਟਰਸ ਦੇ ਵਿੱਚ 1 ਮੰਥ ਮੈਂ ਫ੍ਰੀ ਹੁੰਦਾ, ਸਾਨੂੰ ਲਾਈਕ ਲੇ ਆਫ ਹੁੰਦਾ। ਅਤੇ ਹੋਰ ਬਸ ਬਾਕੀ ਆਹੀ ਸੀ। ਅਤੇ ਇਸ ਤੋਂ ਬਾਅਦ ਜਦੋਂ ਇਹ ਸ਼ਿਫਟ ਮੇਰੀ ਖਤਮ ਹੁੰਦੀ ਆ, 3 ਘੰਟੇ ਬਾਅਦ ਮੈਂ ਅਗਲੀ ਸ਼ਿਫਟ 'ਤੇ ਜਾਣਾ ਹੁੰਦਾ ਆ। ਅਗਲੀ ਸ਼ਿਫਟ ਬਹੁਤ ਖਤਰਨਾਕ ਆ, ਜਦੋਂ ਆਪਾਂ ਇੱਥੋਂ ਨਿਕਲਾਂਗੇ ਉਦੋਂ ਮੈਂ ਤੁਹਾਨੂੰ ਦੱਸੂੰਗਾ ਅਗਲੀ ਸ਼ਿਫਟ ਬਾਰੇ, ਠੀਕ ਆ। ਹੁਣ ਮੈਂ ਇੱਥੋਂ ਫ੍ਰੀ ਹੋਊਂਗਾ ਅੱਜ 4 ਵਜੇ ਜਾਂ 3 ਵਜੇ, 3 ਜਾਂ 4 ਵਜੇ ਮੈਂ ਇੱਥੋਂ ਫ੍ਰੀ ਹੋ ਜਾਣਾ। 3:30 ਦਾ ਟਾਈਮ ਹੋ ਗਿਆ ਜੀ, ਆਪਣੀ ਸ਼ਿਫਟ ਓਵਰ ਹੋ ਗਈ ਆ, ਅਤੇ ਮੀਂਹ ਹਜੇ ਵੀ ਥੋੜ੍ਹਾ ਪੈ ਹੀ ਰਿਹਾ ਆ। ਅਤੇ ਹੁਣ ਮੈਂ ਕੰਪਨੀ ਦੇ ਬਾਹਰ ਬੈਠਾ, ਇਸ ਤੋਂ ਬਾਅਦ ਮੈਂ ਘਰ ਜਾਣਾ। ਘਰ ਜਾ ਕੇ ਮੈਂ 5 ਘੰਟੇ ਥੋੜ੍ਹਾ ਬਹੁਤ ਰੈਸਟ ਕਰੂੰਗਾ। ਰੈਸਟ ਕਰਨ ਤੋਂ ਬਾਅਦ ਮੇਰੀ ਸੈਕਿੰਡ ਸ਼ਿਫਟ ਸਟਾਰਟ ਹੋ ਜਾਣੀ ਹੈ, ਜਿਹੜੀ ਹੈਗੀ ਆ ਆਟਾ ਗੁੰਨਣ ਦੀ ਅਤੇ ਰੋਟੀ ਬਣਾਉਣ ਦੀ। ਮੈਂ ਕਿਹਾ ਤੁਹਾਨੂੰ ਵੇਟ ਨਾ ਕਰੀਏ, ਦੱਸ ਹੀ ਦੇਵਾਂ, ਅਤੇ ਜੇ ਤੁਸੀਂ ਸੈਕਿੰਡ ਸ਼ਿਫਟ ਨਹੀਂ ਲਾਈ ਕੈਨੇਡਾ ਦੇ ਵਿੱਚ ਤਾਂ ਤੁਸੀਂ ਭੁੱਖੇ ਮਰ ਜਾਓਗੇ। ਇਸ ਕਰਕੇ ਜਿਹੜਾ ਤੁਸੀਂ ਕੰਮ ਆ ਆਟਾ ਗੁੰਨਣ ਦਾ, ਰੋਟੀ ਬਣਾਉਣ ਦਾ, ਸਬਜ਼ੀ ਬਣਾਉਣ ਦਾ, ਸਾਰਾ ਕੁਝ ਸਿੱਖ ਕੇ ਆਇਓ। ਨਹੀਂ ਤਾਂ ਇੱਥੇ ਆ ਕੇ ਟਿਫਨ ਲਵਾਉਣਾ ਪਵੇਗਾ। ਟਿਫਨ ਕੋਈ ਜ਼ਿਆਦਾ ਮਹਿੰਗਾ ਨਹੀਂ ਹੁੰਦਾ, ਪਰ ਚੱਕਰ ਕੀ ਆ ਟਿਫਨ ਦਾ ਕਿ ਉਹ ਰੋਟੀ ਤੁਸੀਂ ਜ਼ਿਆਦਾ ਟਾਈਮ ਨਹੀਂ ਖਾ ਸਕਦੇ, ਜਾਂ ਫਿਰ ਰੈਸਟੋਰੈਂਟ ਦੀ ਰੋਟੀ ਆ ਜਿਹੜੀ ਤੁਸੀਂ ਜ਼ਿਆਦਾ ਟਾਈਮ ਨਹੀਂ ਖਾ ਸਕਦੇ। ਬਾਹਰੋਂ ਕਿੰਨਾ ਕੁ ਟਾਈਮ ਆਪਾਂ ਖਾਵਾਂਗੇ, ਮਹੀਨਾ ਖਾ ਲਾਂਗੇ, 2 ਮਹੀਨੇ ਖਾ ਲਾਂਗੇ। ਇਸ ਕਰਕੇ ਰੋਟੀ ਬਣਾਉਣੀ ਜ਼ਰੂਰ ਸਿੱਖ ਕੇ ਆਇਓ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਉਣਾ ਆ। ਹੁਣ ਮੈਂ ਇੱਥੋਂ ਨਿਕਲਣ ਲੱਗਾ, 10 ਮਿੰਟ ਦੇ ਵਿੱਚ ਘਰੇ ਪਹੁੰਚਦਾ, ਅਤੇ ਘਰੇ ਪਹੁੰਚ ਕੇ ਤੁਹਾਡੇ ਨਾਲ 1-2 ਗੱਲਾਂ ਸਾਂਝੀਆਂ ਕਰਨਾ, ਫਿਰ ਮੈਂ ਥੋੜ੍ਹਾ ਟਾਈਮ ਰੈਸਟ ਕਰਕੇ ਅਤੇ ਰੋਟੀ ਬਣਾਉਂਗਾ। ਘਰ ਪਹੁੰਚ ਗਏ ਜੀ ਆਪਾਂ, ਅਤੇ ਆਹ ਵਾਲਾ ਟਾਈਮ ਹੁਣ ਮੈਂ ਫ੍ਰੀ ਹਾਂ, 3 ਤੋਂ ਲੈ ਕੇ ਅਤੇ 9 ਵਜੇ ਤੱਕ। ਇਸ ਟਾਈਮ ਮੈਨੂੰ ਕੋਈ ਫੋਨ ਨਹੀਂ ਆਉਣਾ। ਵੈਸੇ ਤੁਸੀਂ ਵੀ ਦੇਖਿਆ ਹੋਏਗਾ ਕਿ ਜਿਹੜੇ ਲੋਕ ਇੰਡੀਆ ਦੇ ਵਿੱਚ ਨੇ ਉਹ ਕੰਪਲੇਂਟ ਕਰਦੇ ਆ ਕਿ ਸਾਨੂੰ ਬਾਹਰ ਵਾਲੇ ਫੋਨ ਨਹੀਂ ਕਰਦੇ, ਬਾਹਲੇ ਬਿਜ਼ੀ ਹੋ ਗਏ ਆ ਜਾਂ ਕੁਝ, ਪਰ ਜਿਹੜੀ ਅਸਲੀ ਗੱਲ ਆ ਉਹ ਇਹ ਆ ਕਿ ਅਸੀਂ ਆਹ ਵਾਲੇ ਟਾਈਮ ਫ੍ਰੀ ਹੁੰਦੇ ਹਾਂ, ਅਤੇ ਇਹ ਵਾਲੇ ਟਾਈਮ ਸਾਨੂੰ ਕੋਈ ਫੋਨ ਨਹੀਂ ਆਉਂਦਾ। ਕਿਉਂ? ਕਿਉਂਕਿ ਇੰਡੀਆ ਦੇ ਵਿੱਚ ਸਾਰੇ ਸੁੱਤੇ ਪਏ ਹੁੰਦੇ, ਉਹਨਾਂ ਦੀ ਵੀ ਕੋਈ ਗਲਤੀ ਨਹੀਂ। ਇਸ ਕਰਕੇ ਇੱਥੇ ਬਿਜ਼ੀ ਲਾਈਫ ਆ ਯਾਰ, ਤੁਸੀਂ ਕਿਸੇ ਨੂੰ ਬਲੇਮ ਨਾ ਕਰਿਆ ਕਰੋ ਕਿ ਬਾਈ ਸਾਨੂੰ ਫੋਨ ਨਹੀਂ ਕਰਦਾ ਜਾਂ ਕੁਝ। ਆਹ ਆਪਣੀ ਗੱਡੀ ਵੀ ਆ ਇੱਥੇ,
ਆਪਣੀ ਨਹੀਂ ਆ, ਮਤਲਬ ਜਿਹੜੇ ਉੱਪਰ ਰਹਿੰਦੇ ਆ ਉਹਨਾਂ ਦੀ ਕਾਰ ਆ, ਇਹ ਪੁਰਾਣੀ ਆ, ਕੈਡੀਲੈਕ ਬਹੁਤ ਜ਼ਿਆਦਾ ਮਤਲਬ ਵਧੀਆ ਆ, ਸ਼ਾਇਦ ਬੰਦੇ ਨੇ ਜਵਾਨੀ ਵੇਲੇ ਲਈ ਹੋਏਗੀ, ਵੈਸੇ ਹੁਣ ਤਾਂ ਇਹਦੇ ਟਾਇਰ ਟੂਇਰ ਸਾਰਾ ਕੋਈ ਖਰਾਬ ਹੋਇਆ ਪਿਆ ਆ। ਚਲੋ ਫਿਰ ਹੁਣ ਬਾਕੀ ਆ ਆਪਣੇ ਘਰ ਦਾ ਪਿੱਛੇ ਬੈਕਯਾਰਡ ਹੈਗਾ ਆ, ਉਹ ਉੱਥੇ ਸਬਜ਼ੀਆਂ ਸੁਬਜ਼ੀਆਂ ਲਾਈਆਂ ਹੋਈਆਂ ਇਹਨਾਂ ਨੇ ਥੋੜ੍ਹੀਆਂ ਬਹੁਤ, ਅਤੇ ਇਹ ਆਪਣੀ ਐਂਟਰੈਂਸ ਆ ਥੱਲੇ ਨੂੰ ਜਾ ਕੇ, ਬੇਸਮੈਂਟ ਦੇ ਵਿੱਚ ਮੈਂ ਰਹਿੰਦਾ, ਅਤੇ ਹੁਣ ਮੈਂ ਥੱਲੇ ਨੂੰ ਜਾਂਦਾ ਅਤੇ ਥੋੜ੍ਹਾ ਟਾਈਮ ਆਰਾਮ ਵਗੈਰਾ ਕਰਨੇ ਆ, ਫਿਰ ਤੁਹਾਨੂੰ ਮਿਲਦੇ ਹਾਂ। ਥੋੜ੍ਹਾ ਜਿਹਾ ਟਾਈਮ ਸੌਂ ਲਿਆ, ਹੁਣ 9 ਵੱਜ ਗਏ ਆ, ਅਤੇ 9 ਵਜੇ ਮੇਰਾ ਰੋਟੀ ਦਾ ਟਾਈਮ ਹੋ ਜਾਂਦਾ ਬਣਾਉਣ ਦਾ, ਮੂੰਹ ਹੱਥ ਧੋ ਕੇ ਆਇਆ ਹੁਣੇ, ਰੋਟੀ ਵਗੈਰਾ ਬਣਾਉਣ ਲੱਗਾ, ਅਤੇ ਆਟਾ ਗੁੰਨਿਆ ਹੋਇਆ ਹੈਗਾ ਸੀ, ਉਹ ਕੱਲ੍ਹ ਹੀ ਗੁੰਨ ਲਿਆ ਸੀ, ਉਹੀ ਆਪਾਂ ਅੱਜ ਮਾਈਕ੍ਰੋਵੇਵ ਕਰਕੇ ਥੋੜ੍ਹਾ ਜਿਹਾ ਉਹਨੂੰ ਕੋਸਾ ਜਿਹਾ ਕਰ ਲਵਾਂਗੇ, ਉਹ ਇੱਦਾਂ ਹੀ ਲੱਗਦਾ ਕਿ ਜਿੱਦਾਂ ਨਵਾਂ ਹੀ ਗੁੰਨਿਆ ਗਿਆ ਹੋਵੇ, ਉਹਨੂੰ ਗੁੰਨ ਕੇ ਅਤੇ ਰੋਟੀ ਬਣਾਉਣੀ ਸਟਾਰਟ ਕਰਦੇ ਹਾਂ। ਹਾਂਜੀ ਬਸ ਆਹੀ ਸੀ, ਰੋਟੀ ਵਗੈਰਾ ਆਪਾਂ ਬਣਾ ਲਈ ਆ, ਖਾ ਲਈ ਆ, ਪੈਕ ਕਰ ਲਈ ਆ ਕੱਲ੍ਹ ਦੇ ਲਈ, 10:30 ਦਾ ਟਾਈਮ ਹੋ ਗਿਆ, 11 ਵਜੇ 11:30 ਸੌ ਜਾਣੇ, ਕਿਉਂਕਿ ਕੱਲ੍ਹ ਅਲਾਰਮ ਫਿਰ ਵੱਜ ਪੈਣਾ 7 ਵਜੇ 6:30, ਅਤੇ ਆਹੀ ਆ ਬਸ। ਬਾਕੀ ਇੱਕ ਗੱਲ ਮੈਂ ਕਹਿੰਦਾ ਕਿ ਜੇ ਸਟਰਗਲ ਨਹੀਂ ਹੈਗੀ ਜ਼ਿੰਦਗੀ 'ਚ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਵੀ ਨਹੀਂ ਹੈਗਾ, ਜੇ ਤੁਸੀਂ ਸਾਰਾ ਦਿਨ ਬਿਜ਼ੀ ਨਹੀਂ ਰਹਿੰਦੇ ਤਾਂ ਤੁਸੀਂ ਬੋਰ ਹੋ ਜਾਂਦੇ ਹੋ, ਜਿੱਦਾਂ ਕਹਿੰਦੇ ਆ ਵਿਹਲਾ ਮਨ ਸ਼ੈਤਾਨ ਦਾ ਘਰ, ਉੱਦਾਂ ਹੀ ਬਸ ਸੇਮ ਹੀ ਗੱਲ ਆ। ਅਤੇ ਜਿਹੜੇ ਕੈਨੇਡਾ ਦੇ ਵਿੱਚ ਆ ਰਹੇ ਆ ਜਾਂ ਜਿਹੜੇ ਆਏ ਹੋਏ ਆ, ਜਿਹੜੇ ਆਏ ਆ ਉਹਨਾਂ ਨੂੰ ਤਾਂ ਪਤਾ ਹੈ ਕਿ ਸਟਰਗਲ ਕੀ ਆ, ਪਰ ਜਿਹੜੇ ਆ ਰਹੇ ਆ ਉਹ ਸੋਚ ਕੇ ਆਉਣ ਕਿ ਬਾਈ ਜੇ ਤੁਸੀਂ ਇੱਥੇ ਕੰਮ ਨਹੀਂ ਕਰ ਸਕਦੇ ਜਾਂ ਫਿਰ ਤੁਸੀਂ ਵਿਹਲਾ ਰਹਿਣਾ ਗਿੱਜੇ ਹੋ ਤਾਂ ਤੁਸੀਂ ਲਾਈਫ ਦਾ ਮਜ਼ਾ ਨਹੀਂ ਲੈ ਸਕਦੇ। ਇਸ ਲਈ ਮੈਂ ਕਹੂੰਗਾ ਕਿ ਇਹ ਚੀਜ਼ ਨੂੰ ਬਸ ਪੱਕਾ ਕਰਕੇ ਆਇਓ ਕਿ ਤੁਸੀਂ ਇੱਥੇ ਆ ਕੇ ਸਟਰਗਲ ਜ਼ਰੂਰ ਕਰਨਾ ਆ। ਹੋਪ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ, ਅਤੇ ਜੇ ਵਧੀਆ ਲੱਗੀ ਹੈ ਤੁਸੀਂ ਲਾਈਕ, ਕਮੈਂਟ ਅਤੇ ਸ਼ੇਅਰ ਕਰ ਸਕਦੇ ਹੋ, ਅਤੇ ਹੋਰ ਨਵੀਆਂ ਨਵੀਆਂ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਨਾਲ ਨੋਟੀਫਿਕੇਸ਼ਨ ਵਾਲੀ ਇੱਕ ਜਿਹੜੀ ਘੰਟੀ ਆ ਉਹਨੂੰ ਦਬਾ ਸਕਦੇ ਹੋ। ਠੀਕ ਆ ਜੀ, ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਸਤਿ ਸ਼੍ਰੀ ਅਕਾਲ।